ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਪਹੁੰਚੇ ਹਾਂ ਦੋਸਤੋ ਪਿੰਡ ਠੱਠੀਆਂ ਖੁਰਦ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ, ਵੀਰੋ ਰਵੀ ਕੋਲ ਆਏ ਹਾਂ। ਦੋਸਤੋ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਪਾਈਆਂ ਨੇ ਇਸ ਕਿਲੇ ਦੇ ਉੱਪਰੋਂ, ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ। ਜ਼ਿਆਦਾਤਰ ਦੋਸਤੋ ਸੇਲ ਪਰਚੇਜ਼ ਦਾ ਕੰਮ ਆ, ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੂਟੀਨ ਦੇ ਵਿੱਚ। ਇਸ ਕਰੇ ਹਰੀ ਕੇ ਪੱਤਣ ਤੋਂ ਦੋਸਤੋ ਕੋਈ 5-6 ਕਿਲੋਮੀਟਰ ਦੀ ਦੂਰੀ ਆ, ਅਤੇ ਮੇਨ ਨੈਸ਼ਨਲ ਹਾਈਵੇ ਵੱਡੇ ਰੋਡ ਤੋਂ ਦੋਸਤੋ ਕੋਈ ਲਹਿੰਦੇ ਪਾਸੇ ਵੱਲ ਨੂੰ ਪਿੰਡ ਆ ਠੱਠੀਆਂ ਖੁਰਦ, ਕੋਈ 1 ਕਿਲੋਮੀਟਰ ਦੀ ਦੂਰੀ 'ਤੇ। ਅਲੀਪੁਰ ਪਿੰਡ ਬਿਲਕੁਲ ਨਜ਼ਦੀਕ ਆ, ਰੱਤਾ ਗੁੱਦਾ ਪਿੰਡ ਬਿਲਕੁਲ ਨਾਲ ਲੱਗਦਾ, ਅਤੇ ਮਰਾਣਾ ਪਿੰਡ ਥੋੜ੍ਹੀ ਦੂਰੀ 'ਤੇ ਆ। ਅੱਜ ਤਰੀਕ ਦੋਸਤੋ 19 ਮਈ, ਅਤੇ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ। ਇੱਕ ਵਹਿੜ ਦੋਸਤੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਗੱਭਣ ਆ, ਤਿਆਰੀ ਵਾਲੀ ਵਹਿੜ ਆ, ਠੀਕ ਆ, ਜਰਸੀ ਬਰੀਡ ਦੇ ਵਿੱਚ ਆ। ਤਾਂ ਪੂਰੀ ਡਿਟੇਲ ਵੀਰ ਰਵੀ ਦੇ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਲੈਂਦੇ ਹਾਂ, ਅਤੇ ਘਰ ਆਣ ਕੇ ਦੋਸਤੋ ਤੁਸੀਂ ਚੌਥਣ ਦੀ ਤਿੱਪ ਕੇ ਵਰਾ ਕੇ ਤਸੱਲੀ ਕਰ ਲਿਓ, ਠੀਕ ਆ। ਆਓ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਵੀਰ ਰਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ, ਸਤਿ ਸ੍ਰੀ ਅਕਾਲ। ਹੋਰ ਵੀਰੇ ਠੀਕ ਠਾਕ ਜੀ? ਕਿਰਪਾ ਮਾਲਕ ਦੀ। ਹੋਰ ਲਾਂ ਤੇ ਸੀਜ਼ਨ ਸੂਜ਼ਨ ਜੀ? ਹਾਂਜੀ 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 ਹਾਂਜੀ, ਹੋ ਗਏ ਫ੍ਰੀ ਇੱਕ ਵਾਰੀ ਫਿਰ? ਹਾਂਜੀ 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 ਭਾਈ, ਠੀਕ ਹੈ ਜੀ। ਤੇ ਰਵੀ ਅੱਜ ਆਪਣੇ ਕੋਲ ਜਿਹੜੀ ਇਹ ਵਹਿੜ ਵੀਰੇ ਵਿਕਾਊ ਆ? ਹਾਂਜੀ ਹਾਂਜੀ ਭਾਈ, HF ਜਰਸੀ ਦਾ ਕ੍ਰੋਸ ਆ ਜੀ। HF ਜਰਸੀ ਕ੍ਰੋਸ ਆ? ਹਾਂਜੀ ਹਾਂਜੀ। ਤੇ ਇਹ ਸੂਆ ਕਿੰਨਾ ਸੂਰੀ ਅੱਗੇ? ਭਾਈ ਤੀਜਾ ਸੂਆ ਸੂਰੀ। ਤੀਜਾ? ਹਾਂਜੀ ਹਾਂਜੀ। ਦਿਨ ਦਿੰਦੀ ਅਜੇ? ਦਿਨ ਭਾਈ 4-5 ਕੱਢ ਜੂਗੀ, ਆਪਣੇ ਘਰੇ ਕੱਢ ਜੂ, ਕਿਸੇ ਵੇਲੇ ਗੱਡੀ ਦੇ ਜੀਜੂ ਡੰਗਰ ਨਹੀਂ ਲਾਉਂਦਾ, ਆਪਣੇ ਤੋਂ ਵੀ ਰਾਤ ਹੀ ਆਈ ਆ। ਠੀਕ ਹੈ, ਇਹਨੇ ਪੱਠੇ ਪੁੱਠੇ ਘੱਟ ਖਾਧੇ, ਹੁਣ ਮਲ ਚੋਕਰ ਚੱਕਰ ਮਾਰਿਆ ਖਾਧਾ ਇਹਨੇ। ਤੇ ਰਵੀ ਪਿਛਲੇ ਸੂਬੇ ਦਾ ਕੋਈ ਮਿਲਕ ਰਿਕਾਰਡ ਇਹਦਾ? ਭਾਜੀ ਉਹਨਾਂ 30 ਕਿਲੋ ਗਿਆ। ਅੱਛਾ ਜੀ। ਹਾਂਜੀ, ਦੂਜੇ ਸੂਬੇ ਇਹਨਾਂ ਤੋਂ ਆਪਾਂ ਲਈ ਬੜੀ ਦੂਰੋਂ ਆ। ਹਾਂ, 30 ਕਿਲੋ ਦਾ ਉਹਨੇ ਕਿਹਾ, 30 ਕਿਲੋ ਦਾ ਆਪਾਂ ਨੈਟ ਮਤਲਬ ਮਿਣ ਕੇ ਦਿੱਤਾ, ਤੁਸੀਂ ਆਪਣੇ ਘਰੇ ਭਾਵੇਂ ਸਵਾ ਕੇ ਚਵਾ ਕੇ ਦੇ ਸਕਦੇ ਹੋ। ਠੀਕ ਆ, ਠੀਕ। ਹਾਂਜੀ, ਪਰ ਆਪਾਂ 25 ਦੇ ਲਾਗੇ ਬੰਨੇ ਕਹਿ ਸਕਦੇ। ਠੀਕ ਆ ਜੀ, ਮਤਲਬ ਕਿ 20 ਤੋਂ ਬਾਹਰ 25-25 ਦੇ ਦਰਮਿਆਨ ਚੱਲਣ ਦੀ ਸੰਭਾਵਨਾ। ਲਓ ਦੋਸਤੋ, ਤੀਜਾ ਸੂਆ ਇਸ ਵੈਰ ਨੇ ਸੁਣਾ, ਜਰਸੀ HF ਕ੍ਰੋਸ ਪਣ ਹੈਗਾ ਇਸ ਵੈਰ ਦੇ ਵਿੱਚ। ਹਾਈਟ ਕੱਦ ਦੀ ਜੇਕਰ ਗੱਲ ਕਰ ਲਈਏ ਮੀਡੀਅਮ ਦੇ ਵਿੱਚ ਆ, ਪਰ ਵਜਨ ਲੋਡ ਪੂਰਾ, ਠੀਕ ਆ ਜੀ, ਵਜਨ ਵੱਟਾ ਪੂਰਾ, ਥਣ ਭਾਂਡੇ ਦੀ ਪੂਰੀ ਖਬਰਦਾਰ ਆ, ਵੱਡਾ ਲੇਵਾ ਹਵਾਨਾ, ਤੁਸੀਂ ਇਹ ਵੇਖ ਕੇ ਚੈੱਕ ਕਰੋ, ਗੁੱਲ ਥਾਣਾ, ਠੀਕ ਆ, ਮੋਟਾ ਗੁੱਲ ਥਾਣਾ, 4 ਥਾਣਾ ਦੀ ਸਪੇਸ ਵੰਡ, ਕਾਫੀ ਠੰਡੀ ਧੀਰੀ ਭਾਜੀ, ਬਹੁਤ ਜ਼ਿਆਦੀ। ਰਵੀ ਵੀਰ ਇੱਕ ਵਾਰੀ ਹੋਰ ਘੁਮਾ ਦਈਏ ਥੋੜਾ ਜਿਹਾ। ਆ ਜਾ ਪੁੱਤ ਜੀ, ਸੁਖਾਲਾ ਬਕੂਲਾ ਦੋਸਤੋ, ਬਹੁਤ ਸੋਹਣਾ, ਠੀਕ ਆ, ਹਜੇ ਵੀ 5-4 ਦਿਨ ਪੇਂਟਿੰਗ ਆ, ਠੀਕ ਆ ਜੀ, 5-4 ਦਿਨ ਲੈ ਜਾਊਗੀ, ਮੋਟਾ ਥਾਣਾ, ਗੁੱਲ ਥਾਣਾ, ਠੀਕ ਆ ਜੀ। ਸੋ 4 ਥਾਣਾ, 4 ਥਾਣਾ ਦੀ ਵੰਡ ਵੁੰਡ ਚੰਗੀ ਆ, ਬਾਕੀ ਮੋਟੇ ਥਾਣਾ, ਠੀਕ ਆ ਜੀ। ਚੋਣ ਚਾਣ ਮਤਲਬ ਬਹੁਤ ਪੋਲੀ ਦੋਸਤੋ, ਚੰਗੀ ਸੰਭਾਵਨਾ ਵੀ ਬਿਲਕੁਲ ਪੋਲੀ ਚੋਣ ਨਿਕਲੂਗੀ, ਤੇ 25 ਲੀਟਰ ਦੀ ਵੀਰਾਂ ਦਾ ਵੀ ਆਪਾਂ ਤਸੱਲੀ ਦੇ ਦਾਂਗੇ, 25 ਲੀਟਰ ਦੁੱਧ ਚਵਾਉਣਾ ਚਾਹੀਦਾ, ਸੋਹਣਾ ਥਣ ਭਾਂਡਾ, ਹਾਈਟ ਮੀਡੀਅਮ, ਵਜਨ ਫੁੱਲ ਆ, ਠੀਕ ਆ ਜੀ। ਆਹ ਦੇਖੋ ਇਹ ਭਾਜੀ ਆਈ ਖੁੱਲੀ, ਰੱਸੇ ਦਾ ਕਰਦੀ ਆ। ਹਾਂ ਹਾਂ, ਉਹਨੂੰ ਪਲਾਸ ਨਾਲ ਘੁੱਟ ਲਓ, ਠੀਕ ਆ ਰਵੀ। ਬਾਕੀ ਤਪਾਈ ਤਪੂਈ ਚੰਗੀ ਵੀਰ? ਬਿਲਕੁਲ ਭਾਜੀ, ਓਕੇ ਬਿਲਕੁਲ, ਠੀਕ ਆ। ਤੇ ਲੈਣ ਦੇਣ ਕੀ ਕਰਦਾ ਫਿਰ ਮੋਲ ਲੈਂਦਾ ਵੀਰ? ਭਾਜੀ ਮੁੱਲ 52,000 ਰੁਪਏ ਕਰਦੇ ਆ। ਅੱਛਾ, 52 50 ਜੋ ਮਾਨ ਕਰਾਂਗੇ ਫੁੱਲ, 50 ਚੋਂ? ਹਾਂਜੀ, ਠੀਕ ਆ ਜੀ। ਹਾਂਜੀ ਹਾਂਜੀ, ਸੀਜ਼ਨ ਤੋਂ ਬਾਅਦ ਪਹਿਲੀ ਵਹਿੜ ਵੇਚਣੀ ਆਪਾਂ, ਵਹਿੜ ਵੈਸੇ ਵੇਚ ਗਏ, ਆਪਣੀ ਵੀਡੀਓ ਤੇ ਪਹਿਲੀ ਵੇਚਣੀ ਆ। ਆ ਵੀਡੀਓ ਪਹਿਲੀ ਦੀ ਪਾਉਣ ਲੱਗੇ ਸੀਜ਼ਨ ਤੋਂ ਬਾਅਦ, ਸੀਜ਼ਨ ਤੋਂ ਬਾਅਦ ਇੱਕ ਵਹਿੜ ਲਿਆਂਤੀ ਮੈਂ, ਪਾਉਣੀ ਸੀ ਪਰ ਉਹ ਸੂਈ ਸੀ ਉਹ ਗਲੇ ਦੀ ਨਹੀਂ ਵੇਖੀ। ਠੀਕ ਆ ਜੀ। ਹਾਂਜੀ, ਇਹਦਾ ਆਪਾਂ ਫੁੱਲ ਮਾਨ ਕਰ ਦੇਣਾ, ਰੁਪਈਆ 1,000 ਲੈਣਾ ਇਹ ਚੋਂ ਆਪਾਂ, ਠੀਕ ਆ ਜੀ। ਹਾਂਜੀ, ਲਓ ਦੋਸਤੋ ਮੁੱਲ ਵੀਰ ਨੇ ਕੀਤਾ 52 ਤੇ 50,000 ਦੀ ਲੈਣ ਦੇਣਾ,
ਜਰਸੀ HF ਕਰੋਸਿੰਗ ਦੇ ਵਿੱਚ ਆ, ਠੀਕ ਹੈ ਜੀ। ਬਰਾਊਨ ਜਾਂ ਕਾਫੀ ਕਲਰ ਆ ਇਸ ਵੈਟ ਦਾ, ਠੀਕ ਹੈ ਜੀ। ਰੰਗ ਰੁੰਗ ਇਸ ਤਰ੍ਹਾਂ ਦਾ, ਮੂੰਹ ਮੱਥੇ ਦੇ ਇੱਕ ਵਾਰੀ ਤੁਹਾਨੂੰ ਫਿਰ ਆਪਾਂ ਥੋੜਾ ਨੇੜਿਓਂ ਦਿਖਾ ਦਿੰਦੇ ਆ। ਆ ਲਓ ਜੀ। ਸੋ ਬਾਕੀ ਥਣ ਲੇਵੇ ਦੀ ਪੂਰੀ ਸਾਫ ਸੁਥਰੀ ਆ, ਠੀਕ ਆ ਜੀ। ਥਣ ਗੋਲ ਆ, ਬਾਕੀ ਸਪੇਸ ਵੰਡ ਇੱਕ ਵਾਰੀ ਤੁਹਾਨੂੰ ਫਿਰ ਆਪਾਂ ਦਿਖਾ ਦਿੰਦੇ ਆ। ਵੰਡ ਵੁੰਡ ਚੰਗੀ ਆਪਸੀ ਥਣਾਂ ਦੀ, ਤੇ ਚਵਾਈ ਭਾਜੀ ਕੋਈ ਏਡੀ ਖਾਸ ਕਰਕਦੀ ਵੀ ਨੀ ਜੀ। ਹਾਂ, ਕਰੋਸ ਹੋਇਆ ਅੰਗ, ਫਿਰ ਕਰੋਸ ਅੰਗ ਦੇ ਵਿੱਚ ਕੋਈ ਗਰਮੀ ਦਾ ਇਹਨੂੰ ਜ਼ਿਆਦਾ ਪ੍ਰਵਾਹ ਨਹੀਂ, ਕੋਈ ਠੰਡੀ ਪੀ ਰਹੀ ਆ ਜੀ। ਲਓ ਜੀ, ਠੀਕ ਆ ਜੀ। ਇਹ ਉਲਟ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਥਣ। ਠੀਕ ਆ, ਤੇ ਰਵੀ 50,000 ਦੇ ਵਿੱਚੋਂ ਛੋਟ ਛਾਪਾ ਹੋ ਜਾਊਗਾ। ਫੁੱਲ ਭਾਜੀ ਫੁੱਲ ਮਾਨ ਕਰਾਂਗੇ। ਤੇ ਨੰਬਰ ਆਪਣੇ ਬੋਲ ਦਈਏ, ਇੱਕ 8264-5250। ਠੀਕ ਹੈ ਜੀ, ਹਾਂਜੀ। ਲਓ ਦੋਸਤੋ, ਇਹ ਨੰਬਰ ਆ ਵੀਰ ਰਵੀ ਦੇ, ਤੇ ਖਾਸ ਵਿਜ਼ਿਟ ਤੁਸੀਂ ਪਿੰਡ ਠੱਠੀਆਂ ਕਰਨੀ ਆ। ਇੱਕ ਨਗ ਸੀਗਾ ਅੱਜ, ਠੀਕ ਆ ਜੀ। ਵੈਸੇ ਹਰ ਟਾਈਮ ਜਿਹੜੇ ਦੋਸਤੋ ਕੋਈ ਇੱਕ ਦੋ ਨਗ ਜਿਹੜੇ ਵਹਿੜਾਂ ਚੰਗੀਆਂ ਮੌਜੂਦ ਹੁੰਦੀਆਂ ਨੇ। ਪਛੀਆਂ ਲਈਆਂ ਭਾਜੀ ਆਪਾਂ ਦੋ ਬਹੁਤ ਚੰਗੀਆਂ ਗੱਬਾਂ। ਅੱਛਾ ਜੀ, ਹਾਂਜੀ। ਇੱਕ ਆਈ ਐਲ ਕਰੋਸ ਲਈਆਂ, ਰਾਤ ਤੱਕ ਆ ਜਾਣਗੀਆਂ ਭਾਜੀ। ਬਾਕੀ ਤੁਸੀਂ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ। ਆਏ ਪਸ਼ੂਆਂ ਦੀ ਡਿਟੇਲ ਆ ਉਹ ਲੈ ਲਿਆ ਕਰੋ, ਠੀਕ ਆ ਜੀ। ਪਸ਼ੂ ਆਉਂਦੇ ਰਹਿੰਦੇ ਆ। ਬਾਕੀ ਅੱਜ ਫਿਲਹਾਲ ਇਸ ਕਵਰੇਜ ਵਿੱਚ ਇਹ ਵੈੜ ਹੀ ਆਪਾਂ ਤੁਹਾਨੂੰ ਦਿਖਾਉਣੀ ਸੀ, ਠੀਕ ਆ ਜੀ। ਤੇ ਗੱਬੜ ਵੈੜ ਆ ਤਿਆਰੀ ਵਾਲੀ ਆ ਕਿ 5-4 ਦਿਨਾਂ ਤੱਕ ਸੂਪ ਹੋਊਗੀ, ਠੀਕ ਆ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।